नवजोत सिंह सिद्धू नूं हरी शरावत दे वल्लों अल्टीमेटम दिता गया। नवजोत सिंह सिद्धू दे सलाहकारां नूं लैके हाईकमान सख्त होई जाप रही है। उन्होंने सीधे तौर पर कह दिता है कि जेकर नवजोत सिंह सिद्धू खुद अपने सलाहकारां नूं हटाउंदे ने तां ठीक है, नहीं तां फिर पार्टी हटाएगी। वह कहिंदे कि पार्टी ने सिद्धू दे सलाहकार नियुक्त नहीं कीते, इसलिए सिद्धू खुद हटा देण उन्हां नूं, नहीं ते पार्टी हटा देवेगी। इसका की असर पै सकता है नवजोत सिंह सिद्धू के कैरियर के उपर, नवजोत सिंह सिद्धू की सियासत के उपर? नवजोत सिंह सिद्धू ने जिहड़ियां नियुक्तियां कीतियां ने, जेकर उन्हां नूं हाईकमान हटा दिंदी है तां फिर नवजोत सिंह सिद्धू की सियासत किस पासे करवट लवेगी? किहो जिहा जिहड़ा लोकां दे विच मैसेज जाएगा उस पासे असीं उस संदर्भ दे विच गल करांगे। गलबात करन दे लई मेरे नाल ने प्रोफेसर मनजीत सिंह अणखी साहब। सब तो पहला स्वागत करते हैं अणखी साहब, स्वागत है जी। बहुत बहुत धन्यवाद जी। इस बयान का असर पवेगा उस लैके कि देखते हो जी? सुखविंदर जी, एक्चुअली गल असल यह हैगी कि जिस दिन नवजोत सिद्धू वालों अपने सलाहकार नियुक्त किए गए उस दिन तो लैके हुण तक हमेशा इस सलाहकार कारण नवजोत सिंह सिद्धू वाद विवाद का विषय रहा है। नवजोत सिद्धू ने वाद विवाद का संबंध जिहड़ा अज का नहीं, बड़ा पुराना संबंध असीं कह सकते कि इस पुराने संबंध जिहड़े चलते आ रहे हैं। उन्हां दी हर गल नूं जिहड़ी विरोधी धिर दी है व्यक्ति ने, विरोधी पार्टियां ने, उन्हां दे बयानां नूं बड़ी गंभीरता नाल लैंदे ने। जेकर वह कोई गल करदे तां हमेशा विरोधी पार्टियां का हमेशा ये आपां कह सकते हैं कि उन्हां दा इहो निशाना हुंदा कि किसी ना किसी तरीके नाल नवजोत सिद्धू नूं टारगेट किया जाए। तो हुण जदों दो सलाहकार जिहड़े मालविंदर सिंह माली ते दूसरे बन्ने प्यारे लाल गर्ग जदों आए ते जदों उन्होंने कुछ स्टेटमेंटां कश्मीर दे संदर्भ विच कीतियां तां कांग्रेस पार्टी की जिहड़ी हेठी वह विरोधी पार्टियां दे निशाने ते आ गई कांग्रेस पार्टी जिहड़ी है, और उहदे नाल ही नाल नवजोत सिद्धू नूं वी आम आदमी पार्टी, भारतीय जनता पार्टी, श्रोमणी अकाली दल वल्लों अपने निशाने ते लिया जांदा रिहा। ਤਾਂ ਇਸ ਨਿਸ਼ਾਨੇ ਤੇ ਨਵਜੋਤ ਸਿੱਧੂ ਨੂੰ ਤਾਂ ਲੈਣਾ ਹੀ ਲੈਣਾ ਸੀ, ਪਰ ਵਿਰੋਧੀ ਪਾਰਟੀਆਂ ਵੱਲੋਂ ਜਾਂ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਵੀ ਆਪਣੇ ਰਡਾਰ ਤੇ ਲੈ ਲਿਆ ਗਿਆ, ਜਿਸ ਕਾਰਨ ਅਸੀਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਦੀ ਜਿਹੜੀ ਬਿਨਾਂ ਵਜ੍ਹਾ ਜਿਹੜੀ ਬਦਨਾਮੀ ਹੋਈ ਆ ਉਸ ਬਦਨਾਮੀ ਨੂੰ ਖਤਮ ਕਰਨ ਵਾਸਤੇ ਜਾਂ ਉਸ ਬਦਨਾਮੀ ਤੋਂ ਬਚਣ ਕਰਕੇ ਜਿਹੜੀ ਕਾਂਗਰਸ ਹਾਈਕਮਾਨ ਆ ਉਹਦੇ ਵੱਲੋਂ ਜਿਹੜਾ ਸਖ਼ਤ ਰੁੱਖ ਇਹਨਾਂ ਸਲਾਹਕਾਰਾਂ ਦੇ ਪ੍ਰਤੀ ਅਪਣਾਇਆ ਗਿਆ ਹੈ। ਔਰ ਕਾਂਗਰਸ ਪਾਰਟੀ ਦੇ ਬਕਾਇਦਾ ਤੌਰ ਤੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ, ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਨਵਜੋਤ ਸਿੱਧੂ ਨੂੰ ਸਿੱਧੇ ਸ਼ਬਦਾਂ 'ਚ ਆਖਿਆ ਹੈ ਕਿ ਜਾਂ ਤਾਂ ਤੁਸੀਂ ਇਹ ਜਿਹੜੇ ਆਪਣੇ ਸਲਾਹਕਾਰ ਜਿਹੜੇ ਤੁਸੀਂ ਨਿਯੁਕਤ ਕੀਤੇ ਨੇ ਔਰ ਜਿਹੜੇ ਵਾਦ ਵਿਵਾਦਾਂ ਵਾਲੇ ਬਿਆਨ ਜਿਹੜੇ ਦੇ ਰਹੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਟੀਮ ਤੋਂ ਤੁਸੀਂ ਬਾਹਰ ਕਰ ਦਿਓ। ਜੇਕਰ ਬਾਹਰ ਨਹੀਂ ਕਰਦੇ ਤਾਂ ਫਿਰ ਕਾਂਗਰਸ ਹਾਈਕਮਾਨ ਨੂੰ ਇਹਦੇ ਪ੍ਰਤੀ ਕੁਛ ਨਾ ਕੁਛ ਸੋਚਣਾ ਪਵੇਗਾ, ਕਿਉਂਕਿ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਸਲਾਹਕਾਰਾਂ ਦੀ ਨਿਯੁਕਤੀ ਹੈ ਇਹ ਕਾਂਗਰਸ ਹਾਈਕਮਾਨ ਵੱਲੋਂ ਨਹੀਂ ਕੀਤੀ ਗਈ, ਤਾਂ ਜਿਸ ਕਾਰਨ ਕਾਂਗਰਸ ਹਾਈਕਮਾਨ ਦੀ ਕਿਸੇ ਵੀ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਸਲਾਹਕਾਰਾਂ ਦੇ ਬਿਆਨਾਂ ਦੇ ਪ੍ਰਤੀ ਅਣਦੇਖੇ ਜਾਂ ਦਿਸਦੇ ਰੂਪ ਦੇ ਵਿੱਚ ਸਿੱਧੇ ਤੌਰ ਤੇ ਨਹੀਂ ਬਣਦੀ, ਤਾਂ ਕੇਵਲ ਔਰ ਕੇਵਲ ਜਿਹੜੀ ਜ਼ਿੰਮੇਵਾਰੀ ਉਹ ਨਵਜੋਤ ਸਿੱਧੂ ਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਇਹਨਾਂ ਨੂੰ ਨਿਯੁਕਤ ਕੀਤਾ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਜੇਕਰ ਨਵਜੋਤ ਸਿੱਧੂ ਫਾਰਗ ਕਰ ਦੇਵੇ ਉਹ ਕਾਂਗਰਸ ਪਾਰਟੀ ਵਾਸਤੇ ਵੀ ਚੰਗਾ, ਨਵਜੋਤ ਸਿੱਧੂ ਵਾਸਤੇ ਵੀ ਚੰਗਾ। ਮੈਂ ਜਿਸ ਤਰੀਕੇ ਨਾਲ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਵਜੋਤ ਸਿੱਧੂ ਹਮੇਸ਼ਾ ਵਾਦ ਵਿਵਾਦਾਂ ਵਿੱਚ ਫਸੇ ਰਹਿੰਦੇ ਨੇ, ਬੇਸ਼ੱਕ ਉਹ ਚਾਹੇ ਕੌਨਸ਼ੀਅਸ ਪੱਧਰ ਤੇ ਹੋਵੇ ਜਾਂ ਅਨਕੌਨਸ਼ੀਅਸ ਲੈਵਲ ਤੇ ਹੋਣ, ਵਿਰੋਧੀ ਪਾਰਟੀਆਂ ਉਹਨਾਂ ਨੂੰ ਆਪਣੇ ਰਡਾਰ ਤੇ ਲੈਣ ਦਾ ਯਤਨ ਕਰਦੀਆਂ ਨੇ। ਉਸ ਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਅੱਜ ਦੀ ਤਰੀਕ ਦੇ ਵਿੱਚ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਜਾਨ ਜਿਹੜੀ ਹੈ ਦੁਬਾਰਾ ਪਾਈ ਹੈ ਔਰ ਵੋਟਾਂ ਤੱਕ ਉਸ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਉਹਨਾਂ ਵੱਲੋਂ ਯਤਨ ਜਿਹੜਾ ਹੋ ਰਿਹਾ ਉਹ ਯਤਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਨਹੀਂ ਸੀ ਦਿੱਤਾ ਗਿਆ। ਜਿਸ ਦਿਨ ਦੇ ਨਵਜੋਤ ਸਿੱਧੂ ਪੰਜਾਬ PPC ਦੇ ਚੇਅਰ ਪ੍ਰਧਾਨ ਬਣੇ ਨੇ ਤਾਂ ਉਸ ਦਿਨ ਤੋਂ ਹੀ ਵਿਰੋਧੀ ਪਾਰਟੀਆਂ ਦੇ ਉਹ ਨਿਸ਼ਾਨੇ ਤੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕੇਵਲ ਉਹ ਕੇਵਲ ਨਵਜੋਤ ਸਿੱਧੂ ਇੱਕ ਜ਼ਬਰਦਸਤ ਟੱਕਰ ਜਿਹੜੀ ਹੈ ਉਹ ਦੇ ਸਕਦਾ ਤਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਹੈ ਉਹ ਬਣ ਸਕਦੀ ਹੈ। ਅਜੇ ਇਹ ਸਥਿਤੀਆਂ ਚੱਲਦੀਆਂ ਪਈਆਂ ਸਨ ਕਿ ਜਿਹੜੇ ਉਹਨਾਂ ਨੇ ਦੋ ਸਲਾਹਕਾਰ ਜਾਂ ਤਿੰਨ ਜਿਹੜੇ ਸਲਾਹਕਾਰ ਨਿਯੁਕਤ ਕੀਤੇ ਤਾਂ ਉਹਨਾਂ ਸਲਾਹਕਾਰਾਂ ਨੇ ਨਿਯੁਕਤ ਹੁੰਦਿਆਂ ਸਾਰੀ ਕੁਝ ਅਜਿਹੇ ਬਿਆਨ ਅਜਿਹੀਆਂ ਟਿੱਪਣੀਆਂ ਜਿਹੜੀਆਂ ਕਰਨੀਆਂ ਸ਼ੁਰੂ ਕਰਤੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਹੱਥ ਅੜ ਗਿਆ ਤਾਂ ਉਹਨਾਂ ਨੂੰ ਬੈਠੇ ਬਣਾਏ ਇੱਕ ਮੁੱਦਾ ਅਜਿਹਾ ਮਿਲ ਗਿਆ ਜਿਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਆਪਣੀ ਗੱਲਬਾਤ ਜਿਹੜੀ ਨਵਜੋਤ ਸਿੱਧੂ ਨੂੰ ਔਰ ਨਵਜੋਤ ਸਿੱਧੂ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਵੀ ਉਹਨਾਂ ਨੇ
अपना निशाना बनाना शुरू कर दिता। और इवन के इतों तक कि वेखो दो बंदे मानविंदर सिंह माली और प्यारे लाल गर्ग कोई एडे वे व्यक्ति नहीं ने जिहदे संबंध के जिहदे प्रतिक्रम च जेपी नड्डे वर्गा बंदा भी जिहड़ा भारतीय जनता पार्टी के नैशनल पद्धर का लीडर आ उह भी उन्हां दे विरुद्ध बोलता पिया है। असल विच ਇਹ ਜਿੰਨੇ ਵੀ ਵਿਰੋਧੀ ਧਿਰ ਦੇ ਨੇਤਾ ਨੇ ਇਹ ਉਹਨਾਂ ਸਲਾਹਕਾਰਾਂ ਦੇ ਵਿਰੁੱਧ ਵੀ ਬੋਲਦੇ ਪਏ। ਇਹ ਐਕਚੁਲੀ ਨਵਜੋਤ ਸਿੱਧੂ ਨੂੰ ਘੇਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ। ਤਾਂ ਜੇਕਰ ਹੁਣ ਕਾਂਗਰਸ ਹਾਈਕਮਾਨ ਵੀ ਇਸ ਮੁੱਦੇ 'ਤੇ ਨਵਜੋਤ ਸਿੱਧੂ 'ਤੇ ਉਹਦੇ ਕੋਲੋਂ ਇਹਦਾ ਸਪਸ਼ਟੀਕਰਨ ਮੰਗ ਰਹੀ ਹੈ ਤਾਂ ਕੁਦਰਤੀ ਤੌਰ 'ਤੇ ਨਵਜੋਤ ਸਿੱਧੂ ਦੇ ਵਾਸਤੇ ਇਹ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਹੈਗਾ, ਇੱਕ ਗੰਭੀਰ ਸਥਿਤੀ ਹੈ ਜਿਹਦੇ ਵਿੱਚੋਂ ਨਵਜੋਤ ਸਿੱਧੂ ਨੂੰ ਸਾਫ਼ ਤੌਰ 'ਤੇ ਬਚਣਾ ਚਾਹੀਦਾ ਕਿਉਂਕਿ ਇਹਨਾਂ ਜਿਹੜੇ ਮਾਨਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਜਿਹੜੇ ਅਜਿਹੇ ਸਲਾਹਕਾਰ ਨੇ ਇਹਨਾਂ ਸਲਾਹਕਾਰਾਂ ਦੇ ਨਵਜੋਤ ਸਿੱਧੂ ਦੇ ਕਦ ਨੂੰ ਜਿਹੜੀ ਆ ਉਹਦੀ ਸ਼ਖਸੀਅਤ ਨੂੰ ਸੱਟ ਜਿਹੜੀ ਜ਼ਰੂਰ ਵੱਜਦੀ ਆ। ਹਾਲਾਂਕਿ ਕਿਸੇ ਵੀ ਰੂਪ ਦੇ ਵਿੱਚ ਸਿੱਧੇ ਇੱਕ ਗੱਲ ਤੇ ਇਹ ਵੀ ਹੈ ਨਾ, ਇੱਕ ਗੱਲ ਤੇ ਇਹ ਵੀ ਹੈ, ਠੀਕ ਹੈ ਕਿ ਜਦੋਂ ਤੁਹਾਡੀਆਂ ਪੋਸਟਾਂ ਤੇ ਤੁਹਾਡੀਆਂ ਬਿਆਨਾਂ ਨੂੰ ਗਿਆ ਕਿ ਵਿਵਾਦ ਬਣ ਗਿਆ ਤੁਹਾਡੇ ਕਾਰਨ, ਜਿਸਦੇ ਤੁਸੀਂ ਸਲਾਹਕਾਰ ਹੋ ਉਹਦੇ ਲਈ ਵਿਵਾਦ ਖੜਾ ਹੋ ਗਿਆ, ਉਹਦੇ ਲਈ ਮੁਸ਼ਕਲਾਂ ਵੱਧ ਗਈਆਂ, ਤਾਂ ਫਿਰ ਅਜਿਹੇ ਸਲਾਹਕਾਰਾਂ ਨੂੰ ਥੋੜ੍ਹੀ ਜਿਹੀ ਆਪਣੀ ਜ਼ਬਾਨ ਜਿਹੜੀ ਬੰਦ ਕਰ ਲੈਣੀ ਚਾਹੀਦੀ ਸੀ। ਉਹਦੇ ਜਵਾਨ ਬੰਦ ਕਰਨ ਦੀ ਬਜਾਏ ਹੋਰ ਖੋ ਰਹੇ ਨੇ, ਸਗੋਂ ਦੀ ਨਵਜੋਤ ਸਿੰਘ ਸਿੱਧੂ ਦੇ ਲਈ ਜਿਹੜੀਆਂ ਮੁਸੀਬਤਾਂ ਬਣ ਰਹੀਆਂ। ਠੀਕ ਹੈ, ਸਤਿਕਾਰ ਤੇ ਨੇ ਮਾਨਵਿੰਦਰ ਸਿੰਘ ਮਾਲੀ, ਡਾਕਟਰ ਪਿਆਰੇ ਲਾਲ ਗਰਗ ਜਿਹੜੀ ਸਰਕਾਰ ਨੇ ਉਹ ਅਧਿਸਨ ਪੰਜਾਬ ਨੂੰ ਲੈ ਕੇ ਕੁਛ ਠੀਕ ਹੋ ਸਕਦਾ, ਵਿਚਾਰ ਠੀਕ ਹੋ ਜਿਸਦੇ ਸਲਾਹਕਾਰ ਲੱਗੇ ਨੇ ਉਸਦੇ ਲਈ ਉਹ ਸਲਾਹਕਾਰ ਠੀਕ ਨਹੀਂ ਹੋ ਸਕਦੇ। ਇਸ ਲਈ ਨਵਜੋਤ ਸਿੰਘ ਸਿੱਧੂ, ਮੈਂ ਤਾਂ ਜੀ ਨਿੱਜੀ ਤੌਰ ਤੇ ਦੇਖਾਂ ਤਾਂ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ ਦੋਨਾਂ ਨੂੰ ਹਟਾ ਦੇਣਾ ਚਾਹੀਦਾ ਜੇ, ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣੇ ਕਿਸੇ ਕੰਮ ਕਰਕੇ ਵਿਵਾਦਾਂ 'ਚ ਨਹੀਂ, ਆਪਣੇ ਕੰਮਾਂ ਦੇ ਕਰਕੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮੰਤਰੀਆਂ ਨੂੰ ਬਿਠਾਇਆ ਗਿਆ ਕਾਂਗਰਸ ਭਵਨ ਦੇ ਵਿੱਚ, ਨਵਜੋਤ ਸਿੰਘ ਸਿੱਧੂ ਆਪਣੇ ਕੰਮਾਂ ਦੇ ਕਰਕੇ ਤਾਂ ਲੋਕਾਂ ਤੋਂ ਤਰੀਫ ਕਰਵਾ ਰਹੇ ਨੇ, ਲੋਕ ਤਾਂ ਉਹਨਾਂ ਨਾਲ ਖੜ ਰਹੇ ਨੇ, ਪਰ ਜਿਹੜੇ ਉਹਨਾਂ ਦੇ ਕੱਟੜ ਸਮਰਥਕ ਵੀ ਨੇ ਉਹਨਾਂ ਦੇ ਉਹ ਵੀ ਜਿਹੜੇ ਆ ਉਹ ਵੀ ਸਿੱਧੂ ਦੇ ਨਾਲ ਸਲਾਹਕਾਰਾਂ ਦੇ ਕਰਕੇ ਸਿੱਧੂ ਤੋਂ ਥੋੜੇ ਨਾਰਾਜ਼ ਦਿਖਾਈ ਦੇ ਰਹੇ ਨੇ। ਤਾਂ ਫਿਰ ਠੀਕ ਹੈ, ਇਹਨਾਂ ਦੇ ਸੋਚ ਠੀਕ ਹੋ ਸਕਦੀ ਹੈ, ਪਰ ਸਿੱਧੂ ਦੇ ਲਈ ਸਲਾਹਕਾਰ ਇਹ ਠੀਕ ਨਹੀਂ ਹੈਗੇ। ਤਾਂ ਮੈਂ ਨਿੱਜੀ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ ਨੂੰ ਵਾਕਈ ਹਟਾ ਦੇਣਾ ਚਾਹੀਦਾ ਹੈ, ਤਾਂ ਜੋ ਬਿਨ ਬੇਲੋੜੇ ਜਿਹੜੇ ਵਿਵਾਦ ਆ ਉਹਨਾਂ ਤੋਂ ਬਚਿਆ ਜਾ ਸਕੇ। ਇਹ ਬਿਲਕੁਲ ਆ ਸੁਖਵਿੰਦਰ ਸਿੰਘ, ਤੁਹਾਡੀ ਗੱਲ ਤਾਂ ਬਿਲਕੁਲ ਦਰੁਸਤ ਹੈਗੀ ਹੈ ਕਿ ਪਹਿਲਾਂ ਤਾਂ ਗੱਲ ਇਹ ਕਿ ਹਟਾਉਣ ਦੀ ਤਾਂ ਗੱਲ ਬਾਅਦ ਵਿੱਚ ਆਉਂਦੀ ਹੈ, ਪਰ ਸਭ ਤੋਂ ਪਹਿਲਾਂ ਤਾਂ ਜ਼ਰੂਰਤ ਇਹ ਸੀ ਕਿ ਇਹ ਸਲਾਹਕਾਰ ਕੀ ਇਸ ਪੱਧਰ ਤੇ ਹਨ ਕਿ ਨਵਜੋਤ ਸਿੱਧੂ ਨੂੰ ਕੋਈ ਸਲਾਹ ਦੇ ਸਕਣ, ਕੀ ਵਾਕਈ ਹੀ ਸਲਾਹਕਾਰਾਂ ਦੀ ਲੋੜ ਸੀ। ਪਹਿਲਾ ਪ੍ਰਸ਼ਨ ਤੇ ਇਹੋ ਹੀ ਹੈ। ਤਾਂ ਜੇਕਰ ਇਹ ਪ੍ਰਸ਼ਨਾਂ ਦੇ ਉੱਤਰ ਵੇਖੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਸਲਾਹਕਾਰ ਜੇਕਰ ਨਿਯੁਕਤ ਕਰਨ ਦੀ ਲੋੜ ਸੀ ਕਿ ਨਵਜੋਤ ਸਿੱਧੂ ਨੂੰ, ਤਾਂ ਜੇਕਰ ਫਿਰ ਕਰਦੇ ਸੀ ਤਾਂ ਫਿਰ ਕੁਝ ਪੱਧਰ ਤੇ ਕੀਤੇ ਜਾਂਦੇ ਜਾਂ ਕਾਂਗਰਸ ਪਾਰਟੀ ਪੂਰਨ ਤੌਰ ਤੇ ਆਪਣੇ ਹਵਾਲੇ ਤਰ੍ਹਾਂ ਕਰਦੀ। ਦੇਖੋ, ਮੁਹੰਮਦ ਮੁਸਤਫਾ ਨੂੰ ਵੀ ਸਲਾਹਕਾਰ ਨਿਯੁਕਤ ਕੀਤਾ, ਉਸ ਬੰਦੇ ਨੇ ਜਵਾਬ ਦਿੱਤਾ, ਤੇ ਦੂਸਰੇ ਬੰਨੇ ਦੁਬਾਰਾ ਉਸਨੂੰ ਚੋਣ ਰਣਨੀਤੀ ਕਾਰ ਐਡਵਾਈਜ਼ਰ ਜਿਹੜਾ ਉਸਨੂੰ ਉਪਾਧੀ ਦਿੱਤੀ ਗਈ। ਤਾਂ ਉਸ ਬੰਦੇ ਦਾ ਹੁਣ ਤੱਕ ਕੋਈ ਵੀ ਸਟੇਟਮੈਂਟ, ਕੋਈ ਵੀ ਬਿਆਨ ਜਿਹੜਾ ਇਹੋ ਜਿਹਾ ਨਹੀਂ ਆਇਆ ਜਿਹੜਾ ਵਾਦ ਵਿਵਾਦਾਂ ਦਾ ਵਿਸ਼ਾ ਬਣਿਆ ਹੋਵੇ। ਤਾਂ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਨੂੰ ਚਾਹੀਦਾ ਕਿ ਜੇਕਰ ਇਹਨਾਂ ਬੰਦਿਆਂ ਕਰਕੇ ਉਹਨਾਂ ਦੀ ਬਦਨਾਮੀ ਹੋ ਰਹੀ ਹੈ ਤਾਂ ਇਹਨਾਂ ਬੰਦਿਆਂ ਦਾ ਸਾਥ ਜਿਹੜਾ ਛੱਡ ਦੇਣਾ ਚਾਹੀਦਾ। ਇਹਨਾਂ ਬੰਦਿਆਂ ਕੋਲ ਉਹਨਾਂ ਨੂੰ ਕੀ ਪਿਆਰਾ, ਇਹੋ ਜਿਹੀ ਤਾਂ ਕੋਈ ਸਥਿਤੀ ਜਿਹੜੀ ਸਾਫ਼ ਸਵਾਲ ਜਿਹੜੀ ਨਜ਼ਰ ਨਹੀਂ ਆਉਂਦੀ। ਤੁਹਾਨੂੰ ਇੱਕ ਗੱਲ ਦੱਸਦਾ, ਜਿਸ ਤਰੀਕੇ ਨਾਲ ਜਿੱਦਣ ਨਵਜੋਤ ਸਿੱਧੂ ਨੇ ਇਹਨਾਂ ਆਪਣੇ ਸਲਾਹਕਾਰਾਂ ਨੂੰ ਆਪਣੇ ਪਟਿਆਲਾ ਸਥਿਤ ਜੱਦੀ ਰਾਜ ਤੇ ਸੱਦਿਆ ਔਰ ਉੱਥੇ ਜਾ ਕੇ ਜਿਸ ਤਰੀਕੇ ਨਾਲ ਇਹਨਾਂ ਦੀ ਮੀਟਿੰਗ ਹੋਈ ਔਰ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲਦੀ ਤਾਂ ਸੂਤਰਾਂ ਤੋਂ ਇਹ ਪਤਾ ਲੱਗਦਾ ਕਿ ਨਵਜੋਤ ਸਿੱਧੂ ਨੇ ਮਾਨਵਿੰਦਰ ਮਾਲੀ ਜਾਂ ਦੂਸਰੇ ਬੰਦੇ ਨੂੰ ਕੁਝ ਵੀ ਅਜਿਹੇ ਬਿਆਨਾਂ ਤੋਂ ਬਿਆਨਬਾਜ਼ੀ ਰੋਕਣ ਵਾਸਤੇ ਕੋਈ ਵੀ ਜਿਹਾ ਉਹਨਾਂ ਨੂੰ ਕੋਈ ਮੈਸੇਜ ਜਾਂ ਕੋਈ ਸੰਦੇਸ਼ ਜਿਹੜਾ ਨਹੀਂ ਦਿੱਤਾ। ਉਲਟਾ ਸੂਤਰਾਂ ਨੂੰ ਛੱਡੋ, ਹਾਂਜੀ ਸਾਹਿਬ, ਉਹ ਆਪ ਬਾਹਰ ਆ ਕੇ ਕਹਿ ਰਹੇ ਆ, ਉਹ ਬਾਹਰ ਸਿੱਧੇ ਆ ਕੇ ਆਪ ਕਹਿ ਰਹੇ ਆ ਕਿ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਉਹ ਕਹਿੰਦੇ ਸਾਨੂੰ ਨਵਜੋਤ ਸਿੰਘ ਸਿੱਧੂ ਰੋਕਦਾ, ਡਾਕਟਰ ਪਿਆਰੇ ਲਾਲ ਗਰਗ ਕਹਿੰਦੇ ਤਾਂ ਮੈਂ ਜਾਣਾ ਹੀ ਨਹੀਂ ਸੀ, ਕਹਿੰਦੇ ਦੁਬਾਰਾ ਮੈਂ ਜਾਣਾ ਹੀ ਨਹੀਂ ਸੀ। ਉਹ ਸਿੱਧੇ ਕਹਿੰਦੇ ਵੀ ਉਹ ਕਹਿੰਦੇ ਸਾਨੂੰ ਰੋਕ ਨਹੀਂ ਸਕਦਾ ਨਵਜੋਤ ਸਿੰਘ ਸਿੱਧੂ। ਤੇ ਜੇਕਰ ਫਿਰ ਇਹੋ ਜਿਹੀ ਗੱਲ ਹੈਗੀ ਜਿਸ ਤਰੀਕੇ ਨਾਲ ਫਿਰ ਕੱਲ੍ਹ ਜਾਂ ਪਰਸੋਂ ਰੂਸਾ ਆਲਮ ਦੇ ਸੰਦਰਭ ਦੇ ਵਿੱਚ ਵੀ ਮਾਨਵਿੰਦਰ ਸਿੰਘ ਮਾਲੀ ਦੀਆਂ ਕੁਝ ਫੋਟੋਆਂ ਜਾਂ ਕੋਈ ਪੋਸਟਾਂ ਜਿਹੜੀਆਂ ਪਈਆਂ ਨੇ, ਤਾਂ ਇਹ ਤਾਂ ਫਿਰ ਸਥਿਤੀ ਜਿਹੜੀ ਹੈ ਨਵਜੋਤ ਸਿੱਧੂ ਵਾਸਤੇ ਆਉਂਦੇ ਦਿਨਾਂ ਵਿੱਚ ਕਾਫ਼ੀ ਗੰਭੀਰ ਜਿਹੜੀ ਬਣ ਸਕਦੀ ਆ। ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਵੇਖੋ ਕਿ ਕੱਲ੍ਹ ਹਰੀਸ਼ ਰਾਵਤ, ਕੱਲ੍ਹ ਜਾਂ ਦੋ ਤਿੰਨ ਦਿਨ ਜਿਹੜੀਆਂ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਹੋ ਰਹੀਆਂ ਨੇ ਔਰ ਜਿੱਥੇ ਮਹਾਰਾਣੀ ਪ੍ਰਦੀਪ ਕੌਰ ਨੇ ਨਵਜੋਤ ਸਿੰਘ ਸਿੱਧੂ ਨੂੰ ਰਡਾਰ ਤੇ ਲਿਆ, ਤਾਂ ਦੂਜੇ ਪਾਸੇ ਹਰੀਸ਼ ਰਾਵਤਾਂ ਵੀ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੀ ਅਸੀਂ ਕਾਂਗਰਸ ਪਾਰਟੀ ਦੀ ਪ੍ਰਧਾਨ ਮਾਫ ਕਰਨਾ, ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਮੈਂ ਰੋਕਣਾ ਚਾਹੂੰਗਾ, ਮੈਂ ਸਿੱਧੇ ਤੌਰ ਤੇ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੋਚਣ ਦੀ ਲੋੜ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਸੋਚਣ ਦੀ ਲੋੜ ਹੈ, ਕਿਉਂਕਿ ਉਹਨੂੰ ਪਤਾ ਕਿ ਭਾਈ ਤੇਰੇ ਵਿਰੁੱਧ ਸਾਰੇ ਜਣੇ ਇਕਜੁੱਟ ਹੋ ਜਾਂਦੇ ਆ, ਤੇਰੇ ਵਿਰੁੱਧ ਤੂੰ ਛਿੱਕ ਵੀ ਮਾਰ ਦਵੇਂ ਤਾਂ ਵੀ ਸਾਰੇ ਇਕੱਠੇ ਹੋ ਜਾਂਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਛਿੱਕ ਕਿਉਂ ਮਾਰਦੀ, ਪੰਜਾਬ ਦੇ ਲੋਕ ਇਸ ਕਰਕੇ ਨਵਜੋਤ ਸਿੱਧੂ ਨੂੰ ਵੋਟਾਂ ਨਾ ਪਾਉਣ, ਤਾਂ ਫਿਰ ਨਵਜੋਤ ਸਿੰਘ ਸਿੱਧੂ ਦੂਜਿਆਂ ਨੂੰ ਮੌਕਾ ਕਿਉਂ ਦੇਵੇ। ਰਹੀ ਗੱਲ ਹਰੀਸ਼ ਰਾਵਤ ਦੀ, ਹਰੀਸ਼ ਰਾਵਤ ਬਾਰੇ ਤਾਂ ਹੁਣ ਜੱਗ ਜ਼ਾਹਿਰ ਹੁੰਦਾ ਜਾ ਰਿਹਾ ਕਿ ਹਰੀਸ਼ ਰਾਵਤ
किस तरीके दे सुलझे हुए व्यक्ति ने, पहला तो सोच सी कि बड़े सुलझे हुए व्यक्ति ने, पर हरीश रावत वह व्यक्ति ने जिन्हां ने पंजाब दे विच मामला सुलझाउणा सीगा पहला सिद्धू दे प्रधान बनण तों पहला, बल्कि होर रुझा के रखता, तो फिर इस दे सदरूप उन्होंने खड़गे कमेटी बनानी पई। तो यह देख लो ये भूमिका है हरीश रावत की। हरीश रावत ने कहा आशा कुमारी तो घट की है, उन्होंने भी पंजाब दे विच बड़े बड़े पद्धर के कलेश को खुद ही जन्म दे दिता। पहला तो माड़ा मोटा पहला से तेल पाने उत्ते जो तेल पाने का काम हरीश रावत ने किया साफ तौर पर कहेंगे। हुण कल भी तुसीं गल लै लो हरीश रावत के बयान जिहड़े आ, हरीश रावत के बयान नूं हालांकि हाईकमान बहुता तरजीह नहीं दिंदी मैनूं लगता, जिथों तक मेरी सोच आ अपनी निजी सोच के मुताबिक जिहड़ी मैं गल कह रहा, मैनूं नहीं लगता कोई बहुती उहदे बयान नूं तरजीह दित्ती जांदी आ। पहलां वी उह कहिंदा हुंदा सी कि प्रधान तां जी बदल ही नहीं सकदा, इहो जिहे बारे तां कोई सोच ही नहीं रही, प्रधान बदल के रखदा। हुण कल दा बयान देख लो, कहिंदा जी उह तां कहणगे आ वी सीएम नूं हटाओ, उहनां नूं मीटिंग करके समझाउणा तां की सी, सुख जी उहनां नूं होर खिझा रहे आ कि भाई मीटिंग कर तो पहले कि सीएम का फेस तो उही होणगे, अगवाई च भी उन्होंने चोणा लड़िया जाएंगी, सीएम रहणगे भी उही, तो जे फिर उही रहणगे तो फिर उन्होंने सद्या कहते जी, उन्होंने बयान सुन के उन्होंने मोड़ दिता कि भाई मैं थोड़े ना मीटिंग नहीं करनी, उन्होंने फोन से ही अपनी सलाह दे दिता। यह तो होर कलेश को वधाउण वाली गल्ल ना, हरीश रावत के बयान कोई दिता वो मैं नहीं कह सकता, पर मैनू निजी तौर पर यह लगता कि हरीश रावत ना तो कोई हाईकमान भी ये बारे दस दिए भी असं की फैसला लैन जा रहे हैं पंजाब के अंदर, उस बारे भी हरीश रावत को कोई बहुता दसा नहीं आता मैं लगता। तो होर जल्द तरजीह भी नहीं मिल लगता कोई बहुत ही हाईकमान के वालों इन्होंने बयान दी। सुखविंदर जी गल है कि बिल्कुल हरीश रावत की जी भूमिका या जिस रूप का वर्णन किया कोई भी दो रहा नहीं है, बिल्कुल जो तुम तैयार से ठीक कह रहे जी, पर फिर भी जेकर एक बंदा बाहर आके कोई यहोजी बयानबाजी कर दिता तो घट्टो घट्टो अखबारों की सुर्खियां या मीडिया चैनलों वास्ते चर्चा का विषय जरूर बन दिया। मैं केवल उस संदर्भ से हरीश रावत की जी गल कर रहा, बाकी गल जो प्रश्न साडा मेन मुद्दा जो अज का विषय है वो है सलाहकारों की भूमिका। जिस तरीके ने तुम एक दिन अगर भी गल की कैप्टन अमरिंदर सिंह सलाहकार ने हिमाया तो जे जो आसार ने वह आसार नवजोत सिद्धू के संदर्भ च बनते जा रहे हैं। बड़ी वधिया गल की है कि जेकर नवजोत सिद्धू निचली बार दा विरोधी पार्टियां के रडार से आ जाता कि इसने क्यों किया, तो कुदरती तौर पर जरूरी है कि जेकर यहोजे सलाहकार होणगे जिहड़े कश्मीर के मुद्दे से नवजोत नवजोत सिद्धू फसा रहे हैं। हुण तुसीं इह गल वेखणा कि जिस तरीके नाल रूसा आरब के संदर्भ के उसने बयान जारी किया, तो आउंदे कुछ दिनों के इहदे उत्ते इहदा संबंधी इल्जाम भी जिहड़ा वह नवजोत सिद्धू ते लग सकदा कि नवजोत सिद्धू इस सारी प्लैनिंग के पिछे हैगा। सो कहण दे अर्थ ने कि अजिहियां स्थितियां तों नवजोत सिद्धू नूं पूर्ण तौर पर बचण की लोड़ हैगी आ कि जेकर उहने आउण वाले दिनों के पंजाब दे विच एक वड्डी भूमिका जे निभाउणी हैगी आ, क्योंकि उहदे उत्ते केवल और केवल विरोधी पार्टियां दी नज़रां नहीं आ, उहदे उत्ते पंजाब समुच्चा पंजाब जिहड़ा उहदे उत्ते नज़रां टकाई बैठा और उसनूं एक भविख दे उस वेही वजो देखदा जा रिहा कि नवजोत सिंह सिद्धू जिहड़े पंजाब दे मसले हल करूगा, लोकां दे मसले हल करूगा, इहदे लोकां तों नवजोत सिंह सिद्धू नूं दूरी बनाउणी चाहीदी आ जिहड़े उहनां नूं बेलोड़े विवादां दे विच फसा रहे आ। इहो जिहे सलाहकारां नूं फिर करना की आ, इहो जिहे लोकां दीआं सलाहां फिर लैणियां की आ जिहनां नूं आप ही नहीं पता वी की करना। एक गल तो है कि नवजोत सिद्धू ने अजे तक जदों की इन्होंने नियुक्ति की आ पंजाब के मसले या पंजाब के लोग मुद्दों के संदर्भ के योजी नेक सलाह जी है इन्होंने जी दी है, जहाँ के नाल उन्होंने कुछ हालात जो नवजोत सिद्धू के बेहतर हुए हो जी बार बार उल्ला करजा हो गया जी इना हो गया जी इना नैट पर सारा कुछ पिया खोल के देख लो कि नहीं पता भी किन्ना करजा की हिसाब किताब की कुछ होया उ गला सुन 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 तक कान पक गए जिहड़ा लिया नवजोत सिद्धू सलाह दिंदा। नवजोत सिद्धू तो पहले ही पता सारा कुछ, सारे लोगों को पता सारा कुछ भी किन्ना करजा की कुछ हो रहा किवें लुट लुट की ये छुपया की धूं, पर गल तो यह भी ये तो बचा किवें जाऊ ये पंजाब निकलू किवें गल तो है हुण उन्होंने कटना तो दूर नवजोत सिंह सिद्धू जो बजा खुजा एक लीडर है पंजाब का फेलोड़े विवादों तो उन्होंने अपने बयान के राही ये सुटी जाती है बिल्कुल जी जी बिल्कुल बिल्कुल। मैं थोड़ा एक गल होर लगा दसन कि पिछले समय के एक बड़े वे अर्थशास्त्री या बड़े एक सम्मानित चेहरे ने डॉक्टर सरदार सिंह जौहर, तो डॉक्टर सरदार सिंह जौहर वालों भी समय समय से पंजाब के मुख्यमंत्री को या कैप्टन कैप्टन अमरिंदर सिंह हुई और प्रकाश सिंह से वह सलाह वह देंदे रहे हैं। चलो उन्होंने जीडिया सलाहवान ने पद्धर से होंगे सी कि जिहड़ियां
ਬਾਕੀ ਪੰਜਾਬ ਦੇ ਲੋਕਾਂ ਵਾਸਤੇ ਜਿਹੜੀਆਂ ਕੁਝ ਨਾ ਕੁਝ ਭਲੇ ਵਾਸਤੇ ਹੋਣ, ਪਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਥਿਤੀ ਵੀ ਉਸ ਵਕਤ ਕੁਝ ਉਹੋ ਜਿਹੀ ਹੋ ਗਈ ਜਦੋਂ ਪਰਤਿੰਦਰ ਚਾਹਲ ਵਰਗੇ ਜਿਹੜੇ ਬੰਦੇ ਉਹਨਾਂ ਨੇ ਆਪਣੇ ਸਲਾਹਕਾਰ ਨਿਯੁਕਤ ਕੀਤੇ। ਠੀਕ ਹੈ, ਮੁੱਖ ਮੰਤਰੀ ਨੇ ਆਪਣੀ ਪੋਜੀਸ਼ਨ ਨੂੰ ਦਰਸਾਉਣ ਵਾਸਤੇ ਇਹੋ ਜਿਹਾ ਕੰਮ ਕਰਦਾ ਹੁੰਦਾ, ਪਰ ਨਵਜੋਤ ਸਿੱਧੂ ਦੀ ਇਹ ਕਿਹੜੀ ਜ਼ਰੂਰਤ ਸੀ ਜਾਂ ਕਿਹੜੀ ਮਜਬੂਰੀ ਸੀ ਕਿ ਉਹਨੂੰ ਇਹੋ ਜਿਹੇ ਵਿਅਕਤੀਆਂ ਦਾ ਜਿਹੜਾ ਸਾਥ ਜਿਹੜਾ ਉਹ ਲੈਣਾ ਪਿਆ, ਔਰ ਉਹ ਸਾਥ ਲੈ ਕੇ ਨਵਜੋਤ ਸਿੱਧੂ ਦਿਨ ਦਿਨ ਵਾਦ ਵਿਵਾਦਾਂ ਦਾ ਵਿਸ਼ਾ ਬਣਦੇ ਜਾ ਰਹੇ, ਬੇਲੋੜੇ ਵਾਦ ਵਿਵਾਦ ਜਿਹਦੇ ਵਿੱਚ ਸਿੱਧੀ ਉਹਦੀ ਕੋਈ ਵੀ ਇਨਵਾਲਵਮੈਂਟ ਨਹੀਂ ਹੈ। ਮੈਂ ਜਿਸ ਤਰੀਕੇ ਨਾਲ ਗੱਲ ਕੀਤੀ ਕਿ ਜੀਪੀ ਨੱਡਾ ਵਰਗਾ ਬੰਦਾ ਅਗਰ ਉਹਨਾਂ ਸਲਾਹਕਾਰਾਂ ਤੇ ਬੋਲਦਾ ਤਾਂ ਉਹ ਸਲਾਹਕਾਰ ਕਿਸੇ ਵੀ ਪੱਖ ਤੋਂ ਨਵਜੋਤ ਉਹਦੇ ਜੇਪੀ ਨੱਡਾ ਦੇ ਬਰਾਬਰ ਨਹੀਂ ਜਾਂਦੇ, ਪਰ ਕਿਉਂਕਿ ਰਡਾਰ ਤੇ ਨਵਜੋਤ ਸਿੱਧੂ ਹੈ ਤਾਂ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਨੂੰ ਉਹ ਨਿਸ਼ਾਨਾ ਬਣਾਉਂਦੇ ਨੇ। ਔਰ ਇਹੋ ਗੱਲ ਬਿਕਰਮ ਸਿੰਘ ਮਜੀਠੀਆ ਵਾਰ ਵਾਰ ਕਰ ਰਿਹਾ, ਹਾਲਾਂਕਿ ਨਵਜੋਤ ਸਿੱਧੂ ਦੇ ਨਿੱਜੀ ਤੌਰ ਤੇ ਉਹਨਾਂ ਕੋਲ ਕੁਝ ਵੀ ਕਹਿਣ ਨੂੰ ਨਹੀਂ ਹੈ, ਪਰ ਇਹੋ ਜਿਹੇ ਸਲਾਹਕਾਰ ਨੇ ਜਿਹੜੇ ਉਹਦਾ ਫਾਇਦਾ ਕਰਨ ਦਾ ਨੁਕਸਾਨ ਕਰ ਰਹੇ, ਤਾਂ ਜ਼ਰੂਰੀ ਆ ਕਿ ਨਵਜੋਤ ਸਿੱਧੂ ਇਹਨਾਂ ਤੋਂ ਆਪਣੇ ਆਪ ਨੂੰ ਮੁਕਤ ਕਰੇ ਤੇ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਵੇ, ਤਾਂ ਹੀ ਉਹ ਪੰਜਾਬ ਦੀ ਜਿਹੜੇ ਅਸਲ ਮੁੱਦਿਆਂ ਦੀ ਜਿਹੜੀ ਗੱਲ ਆ ਉਹ ਹੋ ਸਕੇਗੀ। ਨਹੀਂ ਤਾਂ ਜੇਕਰ ਅਜਿਹਾ ਨਹੀਂ ਕਰਦਾ ਤਾਂ ਆਉਂਦੇ ਕੁਝ ਦਿਨਾਂ 'ਚ ਤੁਸੀਂ ਵੇਖਿਓ ਨਵਜੋਤ ਸਿੱਧੂ ਵਾਸਤੇ ਸਥਿਤੀ ਹੋਰ ਤਾਂ ਲੱਗਦਾ ਸੀ ਕਿ ਹਾਈ ਕਮਾਨ ਦੇ ਇਸ ਤਰੀਕੇ ਦੇ ਨਾਲ ਬਿਆਨ ਆਉਣ ਤੋਂ ਪਹਿਲਾਂ ਹੀ, ਹਰੀਸ਼ ਰਾਵਤ ਦੇ ਬਿਆਨ ਆਉਣ ਤੋਂ ਇਸ ਇੱਕ ਤਰੀਕੇ ਨਾਲ ਪਹਿਲਾਂ ਹੀ ਜਿਹੜੇ ਇਹ ਗੱਲ ਕਰ ਦੇਣੀ ਚਾਹੀਦੀ ਸੀ ਜਾਂ ਉਹਨੂੰ ਸਮਝਾ ਦੇਣਾ ਚਾਹੀਦਾ। ਮੈਂ ਤਾਂ ਇਸ ਚੀਜ਼ ਤੋਂ ਵੀ ਹੈਰਾਨ ਹਾਂ, ਭਲੇ ਉਹ ਮਾਨਸੋ ਤੁਸੀਂ ਨਵਜੋਤ ਸਿੱਧੂ ਦੇ ਨਾਲ ਮੁਲਾਕਾਤ ਕਰਨ ਜਾ ਆਏ ਹੋ, ਇਸ ਤੇ ਬੜੇ ਸਤਿਕਾਰ ਦੋਗੇ, ਅੱਜ ਵੀ ਤਾਂ ਤੁਹਾਨੂੰ ਸਤਿਕਾਰ ਤਾਂ ਕਹਿੰਦੇ ਆ, ਤੁਸੀਂ ਉੱਥੇ ਜਾ ਕੇ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਮਿਲੇ ਆਏ ਹੋ, ਮਿਲ ਕੇ ਚਲੋ ਲੋਕਾਂ ਦੇ ਮਨ ਦੇ ਵਿੱਚ ਇਹ ਧਾਰਨਾ ਬਣ ਗਈ ਕਿ ਭਾਈ ਸਿੱਧੂ ਦੇ ਨਾਲ ਮੁਲਾਕਾਤ ਹੋਈ ਹੈ, ਚਲੋ ਉਹਨਾਂ ਨੇ ਕਿਹਾ ਹੋਣਾ ਕਿ ਭਾਈ ਤੁਸੀਂ ਨਾ ਬੋਲਿਓ ਤੇ ਸ਼ਾਇਦ ਹੁਣੇ ਨਹੀਂ ਬੋਲਣਗੇ, ਤਾਂ ਇਸ ਕਰਕੇ ਲੋਕੀ ਜਿਹੜੇ ਚੁੱਪ ਕਰ ਗਏ ਸੀ, ਉਹ ਬਾਹਰ ਆ ਕੇ ਫੇਰ ਉਹੀ ਗੱਲਾਂ ਕਰਨ ਲੱਗੇ, ਕਹਿੰਦੇ ਸਾਨੂੰ ਤਾਂ ਸਿੱਧੂ ਨੇ ਰੋਕਿਆ ਹੀ ਨਹੀਂ, ਅਸੀਂ ਇੱਦਾਂ ਹੀ ਰਵਾਂਗੇ ਬਿਆਨ, ਜੇ ਸਿੱਧੂ ਰੋਕੂ ਤਾਂ ਫਿਰ ਅਸੀਂ ਨਹੀਂ ਸਲਾਹਕਾਰ ਲੱਗਾਂਗੇ। ਫਿਰ ਇਹ ਤੋਂ ਲੋਕ ਹੋਰ ਭੜਕ ਰਹੇ ਆ ਵੀ ਇਹੋ ਜਿਹੇ ਲੋਕਾਂ ਦੀ ਨਵਜੋਤ ਸਿੰਘ ਸਿੱਧੂ ਨੂੰ ਕੀ ਲੋੜ ਹੈ, ਜਿਹੜਾ ਪੂਰੇ ਪੰਜਾਬ ਦੀ ਆਪਣੇ ਕੱਟੜ ਸਮਰਥਕਾਂ ਦੀ ਪ੍ਰਵਾਹ ਕੀਤੇ ਬਿਨਾਂ ਇਹੋ ਜਿਹੇ ਦੋ ਬੰਦਿਆਂ ਨੂੰ ਰੱਖੀ ਫਿਰਦਾ, ਜਿਹੜੇ ਬੰਦੇ ਨੂੰ ਖਾਈ ਵੱਲ ਧੱਕ ਰਹੇ ਆ, ਤਾਂ ਫਿਰ ਲੋੜ ਕੀ ਇਹੋ ਜਿਹੇ ਬੰਦਿਆਂ ਦੀ। ਦੇਖੋ ਬੜੀ ਇੱਕ ਤੁਲਨਾ ਮੈਂ ਹੋਰ ਤਰੀਕੇ ਦੀ ਲਗਾਂ ਕਰ ਸਕਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਰਾਜ ਕੀਤਾ ਤਾਂ ਧਿਆਨ ਸਿੰਘ ਡੋਗਰਾ ਹਮੇਸ਼ਾ ਉਹਦਾ ਸਲਾਹਕਾਰ ਉਹਦਾ ਵਜ਼ੀਰ ਬਣਿਆ ਰਿਹਾ, ਤੇ ਅੱਜ ਤੱਕ ਧਿਆਨ ਸਿੰਘ ਡੋਗਰੇ ਦਾ ਨਾਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸੰਦਰਭ 'ਚ ਜਦੋਂ ਵੀ ਆਉਂਦਾ ਤਾਂ ਇਹੋ ਹੀ ਆਉਂਦਾ ਕਿ ਧਿਆਨ ਸਿੰਘ ਡੋਗਰਾ ਉਹ ਵਿਅਕਤੀ ਸੀ ਜਿਹਦੇ ਸਿੱਖ ਰਾਜ ਦੀ ਜੜੀ ਤੜੀ ਤੇਲ ਦਿੱਤਾ ਤਾਂ ਸਿੱਖ ਰਾਜ ਨੂੰ ਸਦਾ ਵਾਸਤੇ ਖਤਮ ਕਰਕੇ ਰੱਖ ਦਿੱਤਾ, ਤਾਂ ਈਵਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿ ਉਹਨਾਂ ਦਾ ਜਿਹੜਾ ਇੱਕ ਸਿਆਸੀ ਵਾਸ ਉਹ ਵੀ ਪੈਦਾ ਨਹੀਂ ਸਾਨੂੰ ਦੇਖਣ ਦਿੱਤੇ। ਤਾਂ ਕਹਿਣ ਦਾ ਅਰਥ ਸੁਖਵਿੰਦਰ ਜੀ ਸਿੱਧਾ ਔਰ ਸਪਸ਼ਟ ਸ਼ਬਦਾਂ 'ਚ ਮੈਂ ਇਹ ਗੱਲ ਕਵਾਂ ਕਿ ਜਿਹੋ ਜਿਹੀ ਭੂਮਿਕਾ ਜਿਹੜੀ ਆ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਜਿਹੜਾ ਅੱਜ ਦੇ ਸਮੇਂ 'ਚ ਨਿਭਾ ਰਿਹਾ, ਭਵਿੱਖ ਦੇ ਵਿੱਚ ਲੋਕ ਅਗਰ ਨਵਜੋਤ ਸਿੱਧੂ ਨੇ ਜੇਕਰ ਇਹਨਾਂ ਦਾ ਸਾਥ ਨਾ ਛੱਡਿਆ ਤਾਂ ਭਵਿੱਖ ਦੇ ਵਿੱਚ ਇਹ ਧਿਆਨ ਸਿੰਘ ਡੋਗਰੇ ਵਰਗੇ ਹੋਣਗੇ ਜਿਹੜੇ ਆਪਣੀਆਂ ਗਲਤ ਸਲਾਹਾਂ ਦੇ ਦੇ ਕੇ, ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਨਵਜੋਤ ਸਿੱਧੂ ਉਹਨਾਂ ਸਲਾਹਾਂ 'ਤੇ ਚੱਲੇ, ਪਰ ਜਿਹੜੀ ਵੀ ਸਲਾਹ ਨਵਜੋਤ ਸਿੱਧੂ ਜਿਹੜਾ ਵੀ ਕੋਈ ਕੰਮ ਕਰੇਗਾ ਉਹ ਹਮੇਸ਼ਾ ਇਹੋ ਸੋਚਿਆ ਜਾਵੇਗਾ ਕਿ ਇਹ ਉਹਦੇ ਸਲਾਹਕਾਰਾਂ ਨੇ ਕਿਹਾ ਤੇ ਉਹਦੇ ਕੋਲ ਕਰਵਾਇਆ ਗਿਆ। ਸੋ ਭਵਿੱਖ ਵਿੱਚ ਇਹੋ ਜਿਹੇ ਧਿਆਨ ਸਿੰਘ ਡੋਗਰਿਆਂ ਤੋਂ ਬਚਣ ਦੀ ਲੋੜ ਨਵਜੋਤ ਸਿੱਧੂ ਨੂੰ ਹੈਗੀ ਹੈ, ਔਰ ਇਸੇ ਤਰੀਕੇ ਨਾਲ ਬਚਿਆ ਜਾ ਸਕਦਾ ਕਿ ਇਹ ਜਿੰਨੇ ਵੀ ਇਹੋ ਜਿਹੇ ਸਲਾਹਕਾਰ ਨੇ ਇਹਨਾਂ ਨੂੰ ਚੁੱਪ ਕਰਕੇ ਔਰ ਜਿੰਨੀ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ, ਤੇ ਪੰਜਾਬ ਦੇ ਲੋਕ ਮੋਤਿਆਂ ਦੀ ਗੱਲ, ਪੰਜਾਬ ਦੇ ਲੋਕ ਹਿੱਤਾਂ ਦੀ ਗੱਲ, ਉਹਨਾਂ ਦੇ ਉੱਤੇ ਆਧਾਰਿਤ ਜਿਹੜੀ ਰਾਜਨੀਤੀ ਆ ਉਹ ਕੀਤੀ ਜਾਵੇ, ਕਿਉਂਕਿ ਇਸ ਵਕਤ ਨਵਜੋਤ ਸਿੱਧੂ ਕੇਵਲ ਔਰ ਕੇਵਲ ਕਾਂਗਰਸ ਪਾਰਟੀ ਦੇ ਇੱਕ ਪੰਜਾਬ ਪ੍ਰਧਾਨ ਦੇ ਰੂਪ ਦੇ ਵਿੱਚ ਲੋਕ ਉਸਨੂੰ ਨਹੀਂ ਦੇਖਦੇ। ਮੈਂ ਫਿਰ ਕਹਿ ਰਿਹਾ ਕਿ ਉਸਨੂੰ ਲੋਕ ਬੜੀਆਂ ਆਸਾਂ ਉਹਦੇ ਉੱਤੇ ਦੇਖਦੇ ਨੇ, ਸੋ ਇਸ ਲਈ ਜਿਹੜੀ ਰਿਪੋਰਟ ਕੱਲ ਨੂੰ ਖੁੱਲਣੀ ਆ ਹਾਈ ਕੋਰਟ ਦੇ ਵਿੱਚ, ਜਿਹੜੀ ਐਸਟੇਟ ਦੀ ਰਿਪੋਰਟ ਖੁੱਲਣੀ ਹੈ, ਉਸ ਮਾਮਲੇ ਦੇ ਵਿੱਚ ਇੱਕ ਇੱਛਾ ਜ਼ਾਹਿਰ ਕੀਤੀ ਹੈ, ਵਿਕਰਮ ਸਿੰਘ ਮਜੀਠ ਜੀ ਦਾ ਟਵਿੱਟਰ ਨਾਮ ਵੀ ਮੈਂਸ਼ਨ ਕੀਤਾ, ਉਹ ਕਹਿੰਦੇ ਕਿ ਉਮੀਦ ਕਰਦੇ ਹਾਂ ਕਿ ਕੱਲ ਨੂੰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨ ਬਾਰੇ ਕਿਹਾ ਜਾਊਗਾ, ਤੇ ਨਾਲ ਹੀ ਨਾਲ ਕਹਿੰਦੇ ਕਿ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਿਹੜੀ ਰਾਹਤ ਮਿਲੂਗੀ ਤੇ ਇਨਸਾਫ਼ ਵੀ ਕਹਿੰਦੇ। ਉਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਆਇਆ, ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਵੀ ਤੰਗ ਕਰ,
उस बारे जी गलबात अगले प्रोग्राम करा फिलहाल ही मैनू दे जी गलबात की है वह जरूर पसंद आई होगी। माफ करना जिहड़ा ये मुद्दा रह गया सी असले अगले प्रोग्राम दे विच जिहड़ी वह गलबात जरूर करके दसांगे। हुण नैटवर्क प्रॉब्लम के कारण जिहड़ा हैगा ये प्रोग्राम दे विच उस मसले ते गल नहीं हो सकी। अगले प्रोग्राम दे विच जरूर उस बारे तुहानूं दसांगे। फिलहाल इत्थे